ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਆ ਜੱਟ ਵੋਇਸ ਚੈਨਲ 'ਤੇ। ਇੱਕ ਬਹੁਤ ਵੱਡੀ ਨਿਊਜ਼ ਹੈ ਨਾ, ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਪ੍ਰੈਜ਼ੀਡੈਂਟ ਟਰੰਪ ਦੀ ਇੰਪੀਚਮੈਂਟ ਇਨਕੁਆਇਰੀ। ਤਾਂ ਹੁਣ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਇੰਸਟਾਗ੍ਰਾਮ 'ਤੇ ਵੀ, ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਕੀ ਉਹ ਆਪਣੇ ਅਹੁਦੇ ਤੋਂ ਹੁਣ ਰਿਜ਼ਾਈਨ, ਜਿਹੜਾ ਮਤਲਬ ਹਟਾ ਦਿੱਤੇ ਜਾਣਗੇ ਜਾਂ ਕੀ ਹਿਸਾਬ ਕਿਤਾਬ ਆ, ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ 'ਚ ਸਮਝਾਉਣਾ। ਐਕਚੁਅਲੀ ਦੇ ਵਿੱਚ ਇਹ ਕੇਸ ਕੀ ਆ ਵੀਰੇ, ਕੇਸ ਇੱਦਾਂ ਵੀ ਤੁਸੀਂ ਪੋਲੀਟੀਕਲ ਲੈਵਲ 'ਤੇ ਇਹ ਇੱਕ ਜਿਹੜੀ ਸਾਰੀ ਉਹ ਗੇਮ ਹੈ, ਇਹਦੇ ਵਿੱਚ ਇੱਦਾਂ ਵੀ ਇੱਕ ਇੰਪੀਚਮੈਂਟ ਇਨਕੁਆਇਰੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਕੀਤੀ ਗਈ ਸੀਗੀ, ਕਿਉਂਕਿ ਇਹਨਾਂ ਨੇ ਯੂਕਰੇਨ ਦੇ ਨਾਲ ਜਿਹੜਾ ਕੋਈ ਫੌਜੀ ਸਮਝੌਤੇ ਬਾਰੇ ਇਹਨਾਂ ਦੀ ਕੋਈ ਮਤਲਬ ਸੀਗੀ, ਉਹ ਮੈਂ ਡਿਟੇਲ 'ਚ ਨਹੀਂ ਦੱਸਣਾ ਚਾਹੁੰਦਾ। ਅਤੇ ਉਹ ਤੋਂ ਬਾਅਦ ਕੀ ਚੀਜ਼ ਸੀਗੀ ਇਹਦੇ ਵਿੱਚ, ਇਹਨਾਂ ਨੇ ਇਨਕੁਆਇਰੀ ਬਿਠਾਈ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ 'ਤੇ ਮਹਾਂਦੋਸ਼ ਜਿਹੜੇ ਲਾਗੂ ਕੀਤੇ ਜਾਣ ਅਤੇ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਇਹ ਹੇਠਲੇ ਇੱਕ ਸਦਨ ਦੇ ਵਿੱਚ ਇਹ ਪਾਸ ਵੀ ਹੋ ਚੁੱਕਿਆ, ਮਤਲਬ ਹੁਣ ਜਿਹੜਾ ਨੈਕਸਟ ਆ ਉਹ ਸੈਨੇਟ ਦੇ ਵਿੱਚ ਪਾਸ ਹੋਣਾ। ਹੁਣ ਇਹਦੇ ਵਿੱਚ ਇਹ ਚੀਜ਼ ਆ ਵੀ ਜੇਕਰ ਪ੍ਰੈਜ਼ੀਡੈਂਟ, ਜੇਕਰ ਪਿਛਲੇ ਟਾਈਮ ਮੈਂ ਅਮੈਰੀਕਾ ਦੀ ਹਿਸਟਰੀ ਦੀ ਗੱਲ ਕਰਾਂ ਤਾਂ ਇਹ ਦੋ ਵਾਰ ਪਹਿਲਾਂ ਵੀ ਇੰਪੀਚਮੈਂਟ ਜਿਹੜੀ ਇਨਕੁਆਇਰੀ ਆ ਹੋ ਚੁੱਕੀ ਆ। ਇੱਕ ਵਾਰ ਬਿਲ ਕਲਿੰਟਨ 'ਤੇ ਹੋਈ ਸੀਗੀ, ਇੱਕ ਉਹ ਤੋਂ ਬਾਅਦ ਪਹਿਲਾਂ ਮੇ ਬੀ 1886 ਦੇ ਵਿੱਚ ਜਿਹੜੇ ਜੌਨ ਐਂਡਰਿਸਨ ਸੀਗੇ ਉਹਨਾਂ ਦੇ ਉੱਤੇ ਹੋਈ ਸੀਗੀ, ਠੀਕ ਹੈ। ਦੋ ਵਾਰੀ ਇਨਕੁਆਇਰੀ ਹੋ ਚੁੱਕੀ ਹੈ ਅਤੇ ਦੋਹਾਂ ਦੇ ਵਿੱਚ ਮਤਲਬ ਸਕਸੈਸਫੁਲ ਨਹੀਂ ਹੋਈ ਸੀਗੀ ਇਹ, ਠੀਕ ਹੈ, ਜਿਹੜੀ ਇਹ ਇਨਕੁਆਇਰੀ ਹੈ। ਜੇਕਰ ਮੈਂ ਪਿੱਛੇ ਓਲਡ ਇਹਦੇ ਅਮੈਰੀਕਾ ਦਾ ਜੀ ਆਪਾਂ ਹਿਸਟਰੀ ਦੇ ਉੱਤੇ ਦੇਖੀਏ, ਦੋ ਵਾਰ ਇਹ ਮਤਲਬ ਪਹਿਲਾਂ ਵੀ ਹੋ ਚੁੱਕੀ ਆ। ਮੈਂ ਤੁਹਾਨੂੰ ਦੱਸਦਾ, ਬਾਕੀ 1998 'ਚ ਹੋਈ ਸੀਗੀ ਬਿਲ ਕਲਿੰਟਨ ਅਤੇ 1886 ਦੇ ਵਿੱਚ ਐਂਡਰਿਊ ਜੌਨਸਨ ਸੀਗੇ ਉਹਨਾਂ ਦੇ ਹੋਈ ਸੀਗੀ, ਠੀਕ ਹੈ। ਉਹਨਾਂ ਦੇ ਮਹਾਂਦੋਸ਼ ਜਿਹੜੇ ਲੱਗੇ ਸੀਗੇ, ਇਹ ਜਿਹੜੇ ਤੀਜੇ ਅਮਰੀਕੀ ਰਾਸ਼ਟਰਪਤੀ ਆ ਬਾਈ ਜਿਨ੍ਹਾਂ 'ਤੇ ਇਹ ਦੁਬਾਰਾ ਮਤਲਬ ਲੱਗਿਆ ਵਾ। ਅਤੇ ਹੁਣ ਇਹਦੇ ਵਿੱਚ ਐਂ ਵੀ ਜੇਕਰ ਮਤਲਬ ਹੁਣ ਅੱਗੇ ਜਿੱਦਾਂ ਕਿ ਤੁਸੀਂ ਸਾਰੇ ਹੀ ਜਾਣਦੇ ਵੀ ਇਹਨਾਂ ਦੀ ਫਾਈਨ ਫੋਲੋਇੰਗ ਪ੍ਰੈਜ਼ੀਡੈਂਟ ਟਰੰਪ ਦੀ ਕਾਫੀ ਜ਼ਿਆਦਾ ਹੈ ਨਾ, ਅਤੇ ਇਹਨਾਂ ਦੇ ਓਪੋਜ਼ਿਟ ਵੀ ਜਿਹੜੀ ਪਾਰਟੀ ਆ ਉਹਨਾਂ ਦੀ ਵੀ ਬਹੁਤ ਜ਼ਿਆਦਾ ਮਤਲਬ ਫੈਨ ਫੋਲੋਇੰਗਸ ਆ। ਅਤੇ ਹੁਣ ਫਿਊਚਰ ਦੇ ਵਿੱਚ ਇਲੈਕਸ਼ਨ ਵੀ ਆ, 2020 ਦੇ ਵਿੱਚ ਜੇ ਤੁਹਾਨੂੰ ਪਤਾ USA ਦੀ ਜਿਹੜੀ ਇਲੈਕਸ਼ਨ ਹੁੰਦੀ ਉਹ 'ਤੇ ਵਰਲਡ ਦੀ ਨਜ਼ਰ ਹੁੰਦੀ ਹੈ, ਚਾਹੇ ਤੁਸੀਂ ਚਾਈਨਾ ਦੀ ਲਾ ਲਓ, ਇੰਡੀਆ ਦੀ ਲਾ ਲਓ, ਕਿਸੇ ਦੀ ਵੀ ਲਾ ਲਓ ਨਾ, ਰੂਸ ਦੀ ਲਾ ਲਓ, ਕਿਉਂਕਿ ਹਰ ਵਰਲਡ ਦੀ ਹਰ ਕੰਟਰੀ ਦੀ ਇਹਦੇ ਪਰ ਨਜ਼ਰ ਜ਼ਰੂਰ ਹੁੰਦੀ ਆ। ਕਿਉਂਕਿ ਜੇਕਰ ਆਪਾਂ ਗੱਲ ਕਰੀਏ 2020 ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, ਹੁਣ USA ਦੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਨੇ ਉਹ ਜਿਹੜੇ ਆਪਣੇ ਇਹਨਾਂ ਜਿਹੜੇ ਉਹਨਾਂ ਪਰ ਜਿਹੜੀ ਇਹ ਮਤਲਬ ਇੱਕ ਤਰ੍ਹਾਂ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਜਾਂ ਮਹਾਂਦੋਸ਼ ਲਾਏ ਜਾ ਰਿਹਾ, ਉਹ ਕਹਿ ਰਿਹਾ ਵੀ ਇਹ ਇੱਕ ਇਕੱਲੀ ਸਾਡੀ ਵਿਰੋਧੀ ਪਾਰਟੀ ਅਤੇ ਕੁਛ ਮੀਡੀਆ ਦੇ ਆਨਸਰਾਂ ਵੱਲੋਂ ਜਿਹੜਾ ਲਾਏ ਜਾ ਰਿਹਾ, ਅਦਰਵਾਈਜ਼ ਇਹ ਕੋਈ ਇੱਦਾਂ ਦੀ ਉਹ ਨਹੀਂ ਹੈਗੀ। ਪਰ ਜੇਕਰ ਹੁਣ ਇਹਨਾਂ ਨੇ ਇੱਦਾਂ ਬਿੱਲ ਪਾਸ ਕਰਤਾ ਤਾਂ ਹੁਣ ਜਨਵਰੀ ਦੇ ਵਿੱਚ ਦੁਬਾਰਾ ਇੱਕ ਸੈਨੇਟ ਦੇ ਵਿੱਚ ਮਤਲਬ ਵੋਟਿੰਗ ਹੋਊਗੀ, ਉਹਦੇ ਵਿੱਚ ਬਹੁਮਤ ਹੋਊਗਾ। ਜੇਕਰ ਇਹਨਾਂ ਦੇ ਵਿਰੁੱਧ ਬਹੁਮਤ ਪਾਸ ਹੋ ਜਾਂਦਾ ਤਾਂ ਇਹਨਾਂ ਨੂੰ ਆਪਣੀ ਇਨਕੁਆਇਰੀ, ਤਾਂ ਇਹਨਾਂ ਨੂੰ ਆਪਣਾ ਅਹੁਦੇ ਤੋਂ ਉਸੇ ਟਾਈਮ ਜਿਹੜਾ ਮਤਲਬ ਇਹਨਾਂ ਨੂੰ ਹਟਾਉਣਾ ਪਊਗਾ, ਅਤੇ ਜਿਹੜੇ ਉੱਪਰ ਰਾਸ਼ਟਰਪਤੀ ਆ ਉਹ ਇਹਨਾਂ ਦਾ ਰੈਂਕ ਆ ਜਿਹੜਾ ਮਤਲਬ ਇਹਨਾਂ ਦਾ ਕੰਮਕਾਰ ਆ ਜਿਹੜਾ ਉਹ ਸੰਭਾਲ ਲੈਣਗੇ। ਪਰ ਇੱਕ ਇਹਦੇ ਨਾਲ ਤੁਹਾਨੂੰ ਆਹ ਚੀਜ਼ ਵੀ ਦੱਸ ਦੇਣਾ ਚਾਹੁੰਦਾ, ਜਿੱਥੋਂ ਤੱਕ ਆਪਾਂ ਨੂੰ ਲੱਗਦਾ ਹੈ, ਜਿੱਥੋਂ ਤੱਕ ਆਪਣੀ ਸੋਚ ਆ ਜਾਂ ਆਪਣੇ ਮਤਲਬ ਇਹ ਕੋਈ ਸਕਸੈਸਫੁਲ ਨਹੀਂ, ਮਤਲਬ ਜਿਹੜੇ ਇਹ ਉਹਨੂੰ ਅਹੁਦੇ ਤੋਂ ਹਟਾਉਣ ਦੇ ਲਈ ਸਕਸੈਸਫੁਲ ਨਹੀਂ ਹੋ ਸਕਣਗੇ, ਉੱਥੇ ਬਿੱਲ ਪਾਸ ਹੋਣ ਮਤਲਬ ਵੋਟਿੰਗ ਉਹਨਾਂ ਦੇ ਹੱਕ 'ਚ ਜਾਂ ਉਹਨਾਂ ਦੇ ਵਿਰੋਧ ਵਿੱਚ ਹੋਣੀ ਇੰਨਾ ਕੋਈ ਸੌਖਾ ਕੰਮ ਨਹੀਂ ਹੈਗਾ, ਤਾਂ ਇਹ ਪ੍ਰੈਜ਼ੀਡੈਂਟ ਟਰੰਪ ਆਪਣੀ ਜਿਹੜੀ ਸੀਟ 'ਤੇ ਆ ਉਹ ਬਣੇ ਰਹਿਣਗੇ। ਬਾਕੀ ਜੇਕਰ ਇਹ ਨਹੀਂ ਵੀ ਹੁੰਦਾ ਤਾਂ ਜਿਹੜੀ 2020 ਦੇ ਵਿੱਚ ਇਲੈਕਸ਼ਨ ਆਉਂਦੀ ਆ ਤਾਂ ਜਿਹੜੀ ਕਾਰਵਾਈ ਆ ਕਿਤੇ ਨਾ ਕਿਤੇ ਇਹਨਾਂ ਪਰ ਫਿਊਚਰ 'ਤੇ ਮਤਲਬ ਅਸਰ ਜ਼ਰੂਰ ਪਾਊਗੀ ਜਦੋਂ ਵੋਟਿੰਗ ਜਿਹੜੀ ਹੋਊਗੀ। ਅਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ, ਚੰਗਾ ਭਰਾਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।